ਜੀ ਇਹ ਸਮਾਧੀ ਬਾਈ ਵਸਤੀ ਰਾਮ, ਵਸਤੀ ਰਾਮ ਕੌਣ ਸਨ? ਵਸਤੀ ਰਾਮ ਮਹਾਰਾਜਾ ਰਣਜੀਤ ਸਿੰਘ ਦੇ ਉਸਤਾਦ ਸਨ, ਜਿਹਨਾਂ ਕਿ ਗੁਰੂ ਦਾ ਦਰਜਾ ਦਿੱਤਾ ਗਿਆ ਸੀ। ਉਹ ਆਪਣਾ ਗੁਰੂ ਮੰਨਦੇ ਸਨ ਮਹਾਰਾਜਾ ਰਣਜੀਤ ਸਿੰਘ, ਔਰ ਇੱਕ ਸਮਝ ਲਓ ਤੁਸੀਂ ਕਿ ਇੱਕ ਬਹੁਤ ਪਾਰਸਾ ਆਦਮੀ ਸਨ, ਔਰ ਦੂਸਰਾ ਇਹ ਸੀ ਕਿ ਉਹ ਮਹਾਨ ਸਿੰਘ ਸ਼ੁਕਰ ਚੱਕੀਆ ਦੇ ਦੋਸਤ ਵੀ ਸਨ, ਔਰ ਉਹਨਾਂ ਦੇ ਉਸਤਾਦ ਦੇ ਤੌਰ ਦੇ ਉੱਤੇ ਬਹੁਤ ਜ਼ਿਆਦਾ ਸਾਰੀ ਤਰਬੀਅਤ ਜਿਹੜੀ ਸੀ ਉਹ ਬਾਈ ਵਸਤੀ ਰਾਮ ਨੇ ਕੀਤੀ ਸੀ। ਇਸ ਵਾਸਤੇ ਇਹਨੂੰ ਆਪਣਾ ਗੁਰੂ ਤਸਲੀਮ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਡਿਊਰਿੰਗ ਆ ਖਾਲਸਾ ਰਾਜ ਇਹ ਜਿਹੜੀ ਹੈ ਖੂਬਸੂਰਤ ਸਮਾਧ ਤਾਮੀਰ ਕਰਵਾਈ ਸੀ। ਇਹਦੇ ਅੰਦਰ ਗੋਲਡ ਦਾ ਪਾਣੀ ਭਰਿਆ ਹੋਇਆ ਸੀ, ਬਹੁਤ ਨਕਸ਼ੋ ਨਗਾਰ ਫੁਲਕਾਰੀ ਕੀਤੀ ਹੋਈ ਸੀ, ਲਾਜਵਰ ਦੇ ਪੱਥਰ ਅੰਦਰ ਜੜੇ ਹੋਏ ਸੀ। 1992 ਦੇ ਵਿੱਚ ਜਦੋਂ ਅਯੁੱਧਿਆ ਵਿੱਚ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ, ਤਾਂ ਉਹਦੇ ਰਿਵੈਂਜ ਦੇ ਵਿੱਚ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਮੰਦਰ ਹੈ, ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਵੀ ਇਹ ਕਿਸ ਮਜ਼ਹਬ ਨਾਲ ਰਿਲੇਟਿਡ ਚੀਜ਼ ਹੈ। ਲੋਕਾਂ ਨੇ ਇਹਨਾਂ ਨੂੰ ਜਿਹੜਾ ਸੀ ਉਹ ਸ਼ਹੀਦ ਕਰ ਦਿੱਤਾ ਔਰ ਜਗ੍ਹਾ ਨੂੰ ਤੋੜ ਦਿੱਤਾ। ਉੱਧਰ ਮਸਜਿਦ ਸ਼ਹੀਦ ਹੋ ਗਈ ਔਰ ਇੱਧਰ ਇਸ ਜਗ੍ਹਾ ਨੂੰ ਤੋੜ ਦਿੱਤਾ ਗਿਆ। ਇਹਦੇ 'ਤੇ ਬੜਾ ਬਹੁਤ ਕੁਛ ਮਾਰਬਲ ਦੀਆਂ ਬਣੀਆਂ ਹੋਈਆਂ 12 ਦਰੀਆਂ ਔਰ ਤਪੱਸਿਆ ਕਰਨ ਵਾਸਤੇ ਜਗ੍ਹਾ ਸੀ, ਪਾਠ ਕਰਨ ਦੀ ਜਗ੍ਹਾ ਸੀ, ਕਿਉਂਕਿ ਇਹ ਨਾਲ ਜਿਸ ਜਗ੍ਹਾ ਦੇ ਉੱਤੇ ਇਸ ਵੇਲੇ ਖਲੋਤੇ ਹੋਏ ਹਾਂ ਜਾਂ ਸਾਡੇ ਕੈਮਰਾਮੈਨ ਨੇ, ਇਸ ਜਗ੍ਹਾ ਦੇ ਉੱਤੇ ਕਦੇ ਦਰਿਆਏ ਰਾਵੀ ਵਗਦਾ ਹੁੰਦਾ ਸੀ। ਅਤੇ ਐਟਲੀਸਟ ਸਾਡਾ ਸ਼ੋਰ ਮਚਾਉਣ ਦਾ ਔਰ ਸਾਡੀ ਗੱਲ ਕਰਨ ਦਾ ਕੁਝ ਮੁੱਲ ਪੈ ਗਿਆ। ਗੌਰਮੈਂਟ ਆਫ ਪੰਜਾਬ ਔਰ ਆਰਕਿਓਲੋਜੀ ਡਿਪਾਰਟਮੈਂਟ ਆਫ ਪਾਕਿਸਤਾਨ ਨੇ ਮਿਲ ਕੇ ਇਹ ਸਾਰੀ ਕਾਵਿਸ਼ ਕਰਦਿਆਂ ਹੋਇਆਂ ਇਸ ਚੀਜ਼ ਨੂੰ ਦੁਬਾਰਾ ਰੈਨੋਵੇਟ ਕਰ ਦਿੱਤਾ ਔਰ ਇਹਦੀ ਅਸਲ ਹਾਲਤ ਦੇ ਵਿੱਚ ਲੈ ਕੇ ਆਇਆ ਜਾ ਰਿਹਾ, ਜੋ ਕਿ ਸਮਾਧੀ ਬਾਈ ਵਸਤੀ ਰਾਮ ਪੁਰਾਣੀ ਸੀ ਉਸ ਤੋਂ ਵੀ ਖੂਬਸੂਰਤ ਕਰਕੇ ਇਹਨੂੰ ਜਿਹੜਾ ਹੁਣ ਉਹ ਤਾਮੀਰ ਕੀਤਾ ਜਾ ਰਿਹਾ। ਮੈਂ ਇੱਕ ਵਾਰੀ ਫਿਰ ਸ਼ੁਕਰਗੁਜ਼ਾਰ ਹਾਂ DD ਆਰਕਿਓਲੋਜੀ ਔਰ ਡਿਪਾਰਟਮੈਂਟ ਆਫ ਆਰਕਿਓਲੋਜੀ ਆਫ ਪਾਕਿਸਤਾਨ ਦਾ। ਤੁਸੀਂ ਦੇਖ ਰਹੇ ਹੋ ਸਮਾਧੀ ਜਿੰਗਰ ਸ਼ਾਹ ਸੁਤਰਾ। ਜਿੰਗਰ ਸ਼ਾਹ ਸੁਤਰਾ ਅਕਬਰ ਦੇ ਦੌਰ ਦੇ ਵਿੱਚ, ਕਿੰਗ ਅਕਬਰ ਦੌਰ ਦੇ ਵਿੱਚ ਇੱਕ ਪਾਰਸਾ ਆਦਮੀ ਹੋਇਆ ਜਿਹਨੂੰ ਕਿ ਜਿੰਗਰ ਸ਼ਾਹ ਸੁਤਰਾ ਕਿਹਾ ਜਾਂਦਾ ਸੀ, ਔਰ ਇੱਕ ਅੱਲਾ ਦਾ ਫਕੀਰ ਸੀ। ਇਹਦੇ ਬਾਰੇ 'ਚ ਕਿਹਾ ਜਾਂਦਾ ਕਿ ਇਹਨੂੰ ਅਕਬਰ ਨੇ ਬਹੁਤ ਅੱਛਾ ਇੱਕ ਸਟੇਟਸ ਦਿੱਤਾ ਹੋਇਆ ਸੀ ਔਰ ਇਹਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀ। ਉਹਦੇ ਮਰਨ ਤੋਂ ਬਾਅਦ ਜਿਹੜੀ ਸੀ ਇਹ ਲਾਹੌਰ ਫੋਰਟ ਤੋਂ ਬਾਹਰ ਦਰਿਆ ਦੇ ਕਿਨਾਰੇ ਦੇ ਉੱਤੇ, ਇੱਥੇ ਕਦੀ ਰਾਵੀ ਵਗਦਾ ਸੀ, ਦਰਿਆਵੀ ਦੇ ਕਿਨਾਰੇ ਦੇ ਉੱਤੇ ਇਹਦੀ ਸਮਾਧੀ ਬਣਾਈ ਗਈ ਸੀ। ਔਰ 1992 ਦੇ ਵਿੱਚ ਇਹਨੂੰ ਇਸ ਵਾਸਤੇ ਤੋੜ ਦਿੱਤਾ ਗਿਆ, ਲੋਕਾਂ ਨੇ ਇਹਨੂੰ ਕਿਹਾ ਕਿ ਜੋਧਾ ਬਾਈ ਦਾ ਮੰਦਰ ਹੈ, ਜਦਕਿ ਜੋਧਾ ਬਾਈ ਦਾ ਮੰਦਰ ਨਹੀਂ ਹੈ, ਇਹ ਸਮਾਧੀ ਬਾਈ ਵੀ ਜਿੰਗਰ ਸ਼ਾਹ ਸੁਥਰਾ ਹੈ ਜੀ। ਔਰ ਜਿੰਗਰ ਸ਼ਾਹ ਸੁਥਰੇ ਦੇ ਮਤਲਬ ਕੁਛ ਖਾਸ ਐਵੀਡੈਂਸ ਨਹੀਂ ਮਿਲਦੇ, ਬਸ ਇੱਕ ਨੇਕ ਪਾਰਸਾ ਆਦਮੀ ਸੀ ਔਰ ਦਰਬਾਰ ਦੇ ਵਿੱਚ ਆਉਂਦਾ ਜਾਂਦਾ ਸੀ। ਇਸ ਵਾਸਤੇ ਉਹਦੀ ਖਿਦਮਾਤ ਸਨ ਕੁਛ ਕਿ ਲੋਕਾਂ ਨੂੰ ਸੀਸਾਂ ਦਿੰਦਾ ਸੀ, ਦੁਆਵਾਂ ਦਿੰਦਾ ਸੀ। ਇਸ ਵਾਸਤੇ ਕਿੰਗ ਅਕਬਰ ਜਿਹੜਾ ਇਹਦੇ ਤੋਂ ਬਹੁਤ ਜ਼ਿਆਦਾ ਮੁਤਾਸਰ ਸੀ ਇਹਦੀ ਫਕੀਰੀ ਤੋਂ, ਲਿਹਾਜ਼ਾ ਇਹਦੀ ਜਿਹੜਾ ਦਰਬਾਰ ਹੈ ਜਿਹੜਾ ਨਜ਼ਰ ਆ ਰਿਹਾ ਬਣਾਇਆ ਇਹ ਕਿੰਗ ਅਕਬਰ ਦੇ ਦੌਰ ਦੇ ਵਿੱਚ ਬਣਾਇਆ ਗਿਆ ਸੀ। ਲੇਕਿਨ ਫਿਰ ਕਹਾਂਗਾ ਕਿ ਇਹ ਜੋਧਾ ਬਾਈ ਦਾ ਮੰਦਰ ਨਹੀਂ ਹੈ। ਦੁਬਾਰਾ ਅਗਰ ਐਸਾ ਕੋਈ ਮਾਮਲਾ ਆਉਂਦਾ ਤਾਂ ਪਲੀਜ਼ ਇਹਨੂੰ ਮਤ ਤੋੜੋ, ਇਹ ਮੰਦਰ ਨਹੀਂ ਹੈ, ਇਹ ਸਮਾਧੀ ਜਿੰਗਰ ਸ਼ਾਹ ਸੁਥਰਾ ਅੱਲਾ ਦਾ ਇੱਕ ਪਿਆਰਾ ਬੰਦਾ ਸੀ ਉਹਦੀ ਸਮਾਧੀ ਹੈ। ਔਰ ਤੁਸੀਂ ਦੇਖ ਰਹੇ ਹੋ ਪੰਜਾਬ ਹੈਰੀਟੇਜ ਦਾਸਤਾਨ।